ਚੜਿਆ ਸਿਉਂ ਤੋੜ ਢੂੰਡ ਸਜਣ ਸੰਤ ਪੱਕਿਆਂ ਨਾਲਕ ਕੱਚੜਿਆ ਸਿਉਂ ਤੋੜ ਢੂੰਡ ਸਜਣ ਸੰਤ ਪੱਕਿਆਂ ਓਏ ਜੀਵਨ ਦੇ ਵਿਛੜੇ ਓਏ ਮੋਇਆ ਨਾ ਜਾ ਕਬੀਰ ਚੰਦਨ ਕਾ ਬਿਰਵਾ ਭਲਾ ਬੇੜੇ ਉਡਾਗ ਭਲਾ ਓਏ ਵੀ ਚੰਦਨ ਹੋਏ ਰੇ ਬਸੇ ਜੋ ਚੰਦਨ ਪਾਸ ਅਦਬਯੋ ਗੁਰੂ ਰੂਪ ਸਾਧ ਸਿੰਘ ਜੀ ਫਤਿਹ ਦੀ ਸਾਂਝ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਇੰਸ ਦਾ ਕਮਾਲ ਹੈ ਕਿ ਕਿਡਨੀ ਕਿਸੇ ਦੀ ਅਤੇ ਦੂਜੇ ਵਿੱਚ ਪਾ ਦੇਣੀ ਇਹ ਸਾਇੰਸ ਦਾ ਕਮਾਲ ਹੈ ਅੱਖ ਕਿਸੇ ਦੀ ਅਤੇ ਕਿਸੇ ਦੀ ਅੱਖ ਕਿਸੇ ਦੇ ਵਿੱਚ ਅੱਖ ਪਾ ਦੇਣੀ ਇਹ ਸਾਇੰਸ ਦਾ ਕਮਾਲ ਹੈ ਪਰ ਆਪਣੀ ਜੋਤ ਕਿਸੇ ਦੀ ਜੋ ਅੰਦਰ ਆਪਣੀ ਜੋਤ ਕਿਸੇ ਦੇ ਅੰਦਰ ਪਾ ਦੇਣੀ ਇੱਕ ਗੁਰੂ ਦਾ ਕਮਾਲ ਹੈ ਗੱਜ ਕੇ ਆਖੋ ਸਤਨਾਮ ਸਿੰਘ ਸਤਸੰਗ ਜੀ ਇਹ ਜਿਸ ਸਥਾਨ 'ਤੇ ਆਪ ਬੈਠੇ ਹੋ ਇਹ ਕਦੇ ਸੁਹਾਣਾ ਹੁੰਦਾ ਸੀ ਜਿੱਥੇ ਬੈਸਨ ਸਾਧ ਜਨ ਸੋ ਥਾਨ ਸੁਹੰਦਾ ਇਹ ਕਦੇ ਸੁਹਾਣਾ ਪਿੰਡ ਹੁੰਦਾ ਸੀ ਅੱਜ ਤੋਂ ਸੀ ਟੀ ਯੂ ਦੀ ਬੱਸ ਦੇ ਵਿੱਚ ਯਾਤਰੀ ਚੜ੍ਹਦੇ ਨੇ ਅਤੇ ਕਹਿੰਦੇ ਨੇ ਟਿਕਟ ਦੇਣਾ ਸੁਹਾਣਾ ਸਾਹਿਬ ਦੀ ਇੱਕ ਵਾਰੀ ਗੱਜ ਕੇ ਆਖੋ ਸਤਨਾਮ ਸੁਹਾਣਾ ਸਾਹਿਬ ਭਾਈ ਸਾਹਿਬ ਜੀ ਪਿੱਛੇ ਜਬਲਪੁਰ ਕਿਉਂਕਿ ਅਗਰ ਕਿਸੇ ਨੇ ਭਾਈ ਸਾਹਿਬ ਭਾਈ ਜਸਵੀਰ ਸਿੰਘ ਖੰਨੇ ਵਾਲਿਆਂ ਦੇ ਇਸ ਵਕਤ ਪ੍ਰਤੱਖ ਦਰਸ਼ਨ ਕਰਨੇ ਹੋਣ ਤੋਂ ਭਾਈ ਦਵਿੰਦਰ ਸਿੰਘ ਜੀ ਨੇ ਇੱਕ ਵਾਰੀ ਗੱਜ ਕੇ ਆਖੋ ਸਤਨਾਮ ਸਤਸੰਗ ਜੀ ਜਬਲਪੁਰ ਮਿਲੇ ਲੇਕਿਨ ਜੋ ਭਾਈ ਸਾਹਿਬ ਭਾਈ ਜਸਵੀਰ ਸਿੰਘ ਖੰਨੇ ਵਾਲਿਆਂ ਦੇ ਦੇਣ ਔਰ ਉਸ ਲੜੀ ਨੂੰ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਮੈਂ ਹੁਣੇ ਜੇ ਪੀ ਸਿੰਘ ਜੀ ਨੂੰ ਭਾਈ ਦਵਿੰਦਰ ਸਿੰਘ ਜੀ ਨੂੰ ਵਚਨ ਕਿਹਾ ਮੈਂ ਕਿਹਾ ਮੇਰਾ ਬਹੁਤ ਲੰਬਾ ਉਧਾਰ ਸੀ ਉਹ ਅੱਜ ਉਤਾਰਿਆ ਗਿਆ ਕਿਉਂਕਿ ਜਦੋਂ ਭਾਈ ਸਾਹਿਬ ਜੀ ਦਿੱਲੀ ਆਉਂਦੇ ਸਨ ਅਤੇ ਮੈਨੂੰ ਉਹਨਾਂ ਨੇ ਇੱਕ ਵਾਰੀ ਵਚਨ ਕੀਤਾ ਕਹਿਣ ਲੱਗੇ ਵੀ ਤੇਰਾ ਸ਼ਸਤਰ ਬਹੁਤ ਵਧੀਆ ਕਿਉਂਕਿ ਪੌਂਟਾ ਸਾਹਿਬ ਦੇ ਨਾਲ ਪਿਆਰ ਅਤੇ ਸ਼ਸਤਰ ਨਾਲ ਵੀ ਪਿਆਰ ਅਤੇ ਮੈਂ ਕਿਹਾ ਭਾਈ ਸਾਹਿਬ ਜੀ ਆਪ ਜੀ ਨੂੰ ਚਾਹੀਦਾ ਕਹਿੰਦਾ ਇੱਕ ਬਣਵਾ ਦਿਓ ਇੱਕ ਵਾਰੀ ਗੱਜ ਕੇ ਆਖੋ ਸਦਨ ਕਹਿੰਦੇ ਆਪਣੇ ਵਰਗਾ ਬਣਵਾਉਣਾ ਸੁਭਾਗ ਨਾ ਪ੍ਰਾਪਤ ਹੋਇਆ ਮਿਲਾਪ ਨਾ ਹੋਇਆ ਲੇਕਿਨ ਉਹ ਜੋ ਭਾਈ ਸਾਹਿਬ ਜੀ ਦੀ ਅਮਾਨਤ ਸੀ ਮੈਂ ਬਹੁਤ ਦੇਰ ਤੋਂ ਸਾਂਭ ਕੇ ਰੱਖੀ ਉਹ ਅੱਜ ਮੈਂ ਭਾਈ ਸਾਹਿਬ ਦਵਿੰਦਰ ਸਿੰਘ ਹੋਰਾਂ ਨੂੰ ਭੇਂਟ ਕੀਤੀ ਹੈ ਸਤਸੰਗ ਜੀ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਖੰਨੇ ਵਾਲੇ ਇੱਕ ਵਚਨ ਕਰਦੇ ਸਨ ਕਹਿਣ ਲੱਗੇ ਜੋ ਗੁਰੂ ਕਾ ਸਿੱਖ ਕਿਸੇ ਨੂੰ ਸ਼ਸਤਰ ਭੇਂਟ ਕਰਦਾ ਨਾ ਜੀ ਅਤੇ ਕਹਿੰਦੇ ਗੁਰੂ ਗੋਬਿੰਦ ਸਾਹਿਬ ਦੀ ਉਹਦੇ 'ਤੇ ਖੁਸ਼ੀ ਨਹੀਂ ਖੁਸ਼ੀਆਂ ਆਉਂਦੀਆਂ ਨੇ ਕਿਉਂਕਿ ਬਿਨਾਂ ਸ਼ਸਤਰ ਕੇ ਸਿੰਘ ਨਰਨ ਭੇਟ ਭਾਈ ਸਾਹਿਬ ਜੀ ਇਹੀ ਤਾਂ ਲੀਹ ਕਰਦੇ ਸੀ ਕਿਤਨੇ ਲੱਖਾਂ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ ਅਤੇ ਗੁਰੂ ਵਾਲੇ ਬਣਾ ਦਿੱਤਾ ਕਿਉਂਕਿ ਭਾਈ ਸਾਹਿਬ ਜੀ ਦੇ ਉੱਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਅਥਾਹ ਕਿਰਪਾ ਤੋਂ ਅੱਜ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤਵਾਣੇ ਵਾਲੇ ਔਰ ਮਹਾਂਪੁਰਖ ਜੀਵਨ ਮੁਕਤ ਪ੍ਰਾਣੀ ਜੀਵਨ ਮੁਕਤ ਸ਼ਖਸੀਅਤ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਖੰਨੇ ਵਾਲਿਆਂ ਦੀ ਪਾਵਨ ਪੁੱਤਰ ਯਾਦ ਜੁੜ ਬੈਠੇ ਹਾਂ ਆਓ ਕਿਉਂਕਿ ਭਾਈ ਸਾਹਿਬ ਜੀ ਕਹਿੰਦੇ ਸੀ ਕਿ ਮੈਂ 5 ਵਜੇ ਚਲੇ ਜਾਣਾ ਹੈ ਜੋ ਆਪ ਜੀ ਪਿਆਰ ਲੈ ਕੇ ਆਏ ਉਹ ਮੈਨੂੰ ਪਹਿਲੇ ਦੇ ਦਿਓ
ਕਿਉਂਕਿ ਬੜੇ ਰੁਝੇਵੇਂ ਹਨ। ਆਓ ਬੜੇ ਪਿਆਰ ਦੇ ਨਾਲ ਸ਼ਬਦ ਸ਼ਰਨ ਕਰਦੇ ਹਾਂ। ਗੁਰਸਿੱਖਾਂ ਕਹਿ ਮਨ ਭਾਵਦੀ, ਗੁਰ ਸਤਿਗੁਰ ਕੀ ਵਡਿਆਈ। ਸਤਿਗੁਰ ਕੀ ਵਡਿਆਈ, ਗੁਰ ਸਤਿਗੁਰ ਕੀ ਵਡਿਆਈ, ਗੁਰ ਸਤਿਗੁਰ ਕੀ ਵਡਿਆਈ, ਗੁਰ ਸਤਿਗੁਰ ਕੀ ਵਡਿਆਈ। ਗੁਰ ਸਿੱਖਾਂ ਕੈ ਮਨ ਭਾਵਦੀ, ਗੁਰ ਸਿੱਖਾਂ ਕੈ ਮਨ ਭਾਵਦੀ, ਗੁਰ ਸਤਿਗੁਰ ਕੀ ਵਡਿਆਈ, ਗੁਰ ਸਤਿਗੁਰ ਕੀ ਵਡਿਆਈ, ਗੁਰ ਸਤਿਗੁਰ ਕੀ ਵਡਿਆਈ, ਗੁਰ ਸਤਿਗੁਰ ਕੀ ਵਡਿਆਈ। ਹਰ ਰਾਖੋ ਪੈਜ ਸਤਿਗੁਰ ਕੀ, ਨਿਤ ਚੜੇ ਸਵਾਈ, ਹਰ ਰਾਖੋ ਸਤਿਗੁਰ ਕੀ, ਨਿਤ ਚੜੇ ਸਵਾਈ, ਸਤਿਗੁਰ ਕੀ ਵਡਿਆਈ, ਗੁਰ ਸਤਿਗੁਰ ਕੀ ਵਡਿਆਈ, ਗੁਰ ਸਤਿਗੁਰ ਕੀ ਵਡਿਆਈ, ਗੁਰ ਸਤਿਗੁਰ ਸਤਿਗੁਰ ਕੈ ਮਨ ਪਾਰ ਬ੍ਰਹਮ ਹੈ, ਪਾਰ ਬ੍ਰਹਮ ਚੜਾਈ, ਗੁਰ ਸਤਿਗੁਰ ਤਾਣ ਦੀਵਾਨ ਹਰ, ਇਨ ਸਭ ਆਣ ਨਿਵਾਈ, ਇਨ ਸਭ ਸਤਿਗੁਰ ਕੀ ਵਡਿਆਈ, ਗੁਰ ਸਤਿਗੁਰ ਕੀ ਵਡਿਆਈ, ਗੁਰ ਸਤਿਗੁਰ ਕੀ ਵਡਿਆਈ, ਗੁਰ ਸਤਿਗੁਰ ਕੀ ਵਡਿਆਈ। ਗੁਰ ਸਿੱਖਾਂ ਕੈ ਮਨ ਭਾਵਦੀ, ਸਤਿਗੁਰ ਕੀ ਵਡਿਆ, ਗੁਰ ਸਤਿਗੁਰ ਕੀ ਵਡਿਆ। ਜਿਨ ਡਿੱਠਾ ਮੇਰਾ ਸਤਿਗੁਰ ਭਾਉ ਕਰ, ਦਿਨ ਕੇ ਸਭ ਆਨੰਦ ਆ
हर दरगह ते मुख उजले नानक मंगे तूढ़ दिन जो गुर के सिख मेरे पाई जन नानक मंगे तूढ़ दिन जो गुर सतगुर की वडिआई गुरु सतगुर की वडिआई गुरु सतगुर की वडिआई गुरु सिखा के मन पामदी गुरु सिखा के मन पामदी सतगुरु की वडिआई गुरु की वडिआई गुरु सतगुरु की वडिआई गुरु सतगुरु की वडिआई गुरु सतगुरु सतगुरु की वडिआई गुरु सतगुरु की वडिआई गुरु सतगुरु की जिचर घट में
कुदरत की मां ना जानी परमदिगार बंदगी
ਕੋ ਸਮਰਾਥ ਅਕਥ ਅਗੋਚਰ ਜੀਓ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਕਰ ਬੰਦੇ ਤੂੰ ਬੰਦਗੀ ਕਰ ਬੰਦੇ ਤੂੰ ਬੰਦਗੀ ਜਿੱਚਰ ਕੱਟ ਮੈਂ ਸਾਹੋ ਚੇਤਨਾ ਹੈ ਤੂੰ ਚੇਤ ਲੈ ਇਸ ਦਿਨ ਮੈਂ ਪ੍ਰਾਣੀ ਛਿਨ ਛਿਨ ਔਦ ਬਿਆਦ ਹੈ ਬੂਟੇ ਘੱਟ ਜਿਉ ਪਾਣੀ ਹਰ ਗੁਣ ਕਾਵਿ ਲਗਾਵੇ ਮੂਰਖ ਅਗਿਆਨਾ ਝੂਠ ਲਾਲਚ ਲਾਗ ਕੈ ਨੈ ਮਰਨ ਪਛਾਨਾ ਕਰ ਬੰਦੇ ਤੂੰ ਬੰਦਗੀ ਕਰ ਬੰਦਗੀ ਛਾਡ ਮੈਂ ਮੇਰਾ ਹੀਰ ਤੇ ਰਾਮ ਸਮਾਰ ਸਵੇਰਾ ਕਰ ਬੰਦੇ ਤੂੰ ਬੰਦਗੀ ਆਇਓ ਸੁਣਨ ਪੜਨ ਕੋ ਬਾਣੀ ਆਇਓ ਸੁਣਨ ਪੜਨ ਕੋ ਬਾਣੀ ਨਾਮ ਵਿਸਾਰ ਬਿਸਰ ਪਿਆ ਹੈ ਮਰਨਾ ਖਸਮ ਵਿਸਾਰ ਖੁਆਰੀ ਕੇ ਤ੍ਰਿਗ ਜੀਵਨ ਨਹੀਂ ਰਹਿਣਾ ਪ੍ਰਾਣੀ ਏਕੋ ਨਾਮ ਧਿਆਵੋ ਆਪਣੀ ਪਤ ਸੇਤੀ ਕਰ ਜਾਵੋ ਕਰ ਬੰਦੇ ਤੂੰ ਬੰਦਗੀ ਫੁਰਮਾਨ ਤੇਰਾ ਸਿਰੇ ਉੱਪਰ ਫਿਰ ਨਾ ਕਰਤ ਵਿਚਾਰ ਤੂੰ ਹੀ ਦਰਿਆ ਤੂੰ ਹੀ ਕਰਿਆ ਤੁਝੇ ਤੇ ਨਿਸਤਾ ਬੰਦੇ ਬੰਦੇ
ਉੱਡਗੀ ਇੱਕ ਤਿਆਰ ਸਾਹਿਬ ਨੂੰ ਸਤਰੂ ਕੇ ਪਿਆਰ ਜਿਜਰ ਕੱਟ ਮੈਂ ਸਾ ਜਿਜਰ ਕੱਟ ਮੈਂ ਸਾ ਵਾਹਿਗੁਰੂ 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 ਕਿਰਪਾ ਸਾਰੇ ਵਾਹਿਗੁਰੂ 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 ਜਿਨ ਹਰ ਜਪਿਆ ਸੇ ਹਰ ਹੋਏ ਕਿਉਂਕਿ ਇਹ ਸ਼ਬਦ ਇਹੋ ਜਿਹਾ ਮਹਾਨ ਸੁਚੇਤਾ ਮਹਾਨ ਪੁਰਖਾਂ ਦੇ ਪਾਵਨ ਪਵਿੱਤਰ ਸਥਾਨ ਤੇ ਔਰ ਉਹਨਾਂ ਦੀ ਜੀਵਨੀ ਤੇ ਪੂਰਾ ਟੁੱਕਦਾ ਹੈ। ਜੀਵਨ ਮੁਕਤ ਇਨਸਾਨ ਜੀਵਨ ਮੁਕਤ ਮਹਾਨ ਪੁਰਖ ਮਹਾਨ ਤਪਸਵੀ ਮਹਾਨ ਤਿਆਗੀ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਖੰਨੇ ਵਾਲੇ ਗਿਆਨੀ ਸੰਤ ਸਿੰਘ ਜੀ ਮਸਕੀਨ ਸਾਹਿਬ ਕਿਉਂਕਿ ਇੱਕੋ ਦਹਾਕੇ ਵਿੱਚ ਸਿੱਖ ਪੰਥ ਕੋਲ ਦੋ ਅਨਮੋਲ ਰਤਨ ਚਲੇ ਗਏ ਉਹਨਾਂ ਦੀ ਪਾਵਨ ਪੁੱਤਰ ਸਮਰਤੀ ਆਓ ਇਹ ਸ਼ਬਦ ਜੋ ਪੜ੍ਹਿਆ ਜਾਂਦਾ ਹੈ ਜੋ ਆਪਦੇ ਚਿਹਤਿਆਂ ਦੇ ਹਿਰਦਿਆਂ ਵਿੱਚ ਇਸ ਸ਼ਬਦ ਦੀ ਵਿਲੱਖਣਤਾ ਹੈ ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ। ਕਈ ਕੀਰਤਨੀ ਆਉਂਦੇ ਨੇ ਇਹ ਰਾਜੂ ਸਾਊਂਡ ਜੀ ਵਾਲੇ ਬੈਠੇ ਉਹ ਆਪਣੇ ਮਨਪਸੰਦ ਦੀ ਸਾਊਂਡ ਨੂੰ ਸੈੱਟ ਕਰਦੇ ਕਰਵਾ ਲੈਂਦੇ ਨੇ ਪਰ ਸਾਧ ਸੰਗਤ ਜੀ ਕੀਰਤਨੀਆਂ ਨਾਲੋਂ ਇੱਕ ਸ਼ਖਸੀਅਤ ਹੈ ਔਰ ਜੋ ਇੱਕ ਪੂਰਨ ਗੁਰਸਿੱਖ ਔਰ ਪੰਜਾਬ ਦੇ ਵਿੱਚ ਜਿਤਨੇ ਸੰਤ ਮਹਾਂਪੁਰਖਾਂ ਦੇ ਐਸੇ ਸਮਾਗਮ ਹੁੰਦੇ ਨੇ ਉਹਨਾਂ ਦੇ ਉੱਤੇ ਇਸ ਬੱਚੇ ਦੀ ਸਾਊਂਡ ਮੇਰੇ ਵੀਰ ਦੀ ਬਕਾਇਦਾ ਹਾਜ਼ਰੀ ਹੁੰਦੀ ਹੈ। ਪਤਾ ਨਹੀਂ ਕਿਸੇ ਨੇ ਧੰਨਵਾਦ ਕੀਤਾ ਕਿ ਨਹੀਂ ਕੀਤਾ ਆਪਾਂ ਜ਼ਰੂਰ ਕਰਾਂਗੇ ਸਥਾਨ ਵੱਲੋਂ ਅਤੇ ਦਾਸ ਆਪਣੇ ਵੱਲੋਂ ਸਤਿ ਸ੍ਰੀ ਅਕਾਲ ਜਨੋ ਕਿਉਂਕਿ ਜਿਸ ਤਰ੍ਹਾਂ ਕਹਿੰਦੇ ਨੇ ਅੱਜ ਮੀਡੀਆ ਦਾ ਯੁੱਗ ਹੈ ਉੱਥੇ ਸਾਊਂਡ ਸਿਸਟਮ ਵੀ ਆਪਣੀ ਜਗ੍ਹਾ ਇੱਕ ਵਿਲੱਖਣਤਾ ਰੱਖਦਾ ਹੈ ਜੋ ਕਿ ਇਹਨਾਂ ਨੂੰ ਇੱਕ ਵਿਲੱਖਣਤਾ ਹੈ ਗੁਰੂ ਸਾਹਿਬ ਦੀ ਗੁਰੂ ਰਾਮਦਾਸ ਸਾਹਿਬ ਦੀ ਕਿਰਪਾ ਹੈ ਇੱਕ ਨਾਮ ਹੈ ਪੰਜਾਬ ਦੇ ਵਿੱਚ ਰਾਜੂ ਸਾਊਂਡ ਔਰ ਮੇਰੇ ਅਤਿ ਸਤਿਕਾਰਯੋਗ ਜੋ ਕਿ ਸਿੱਖ ਸੰਪਰਦਾ ਨੂੰ ਸਮਾਜ ਸੇਵੀ ਜਤਿੰਦਰਪਾਲ ਸਿੰਘ ਜੀ ਮੋਹਾਲੀ ਜਿਨ੍ਹਾਂ ਦਾ ਕਿ ਬਹੁਤ ਇੱਕ ਮਹਾਨ ਮੈਨੂੰ ਦਿਨ ਹੈ ਯੋਗਦਾਨ ਹੈ ਭਾਈ ਸਾਹਿਬ ਦੇ ਨਾਲ ਬੜੀ ਸੰਗਤ ਕੀਤੀ ਹੈ ਉਹਨਾਂ ਨੇ ਉਹਨਾਂ ਦੇ ਵੀ ਹੁਕਮ ਅਨੁਸਾਰ ਆਓ ਇਹ ਬੜੇ ਪਿਆਰ ਦੇ ਨਾਲ ਸ਼ਬਦ ਆਪਾਂ ਸ਼ਰਮ ਕਰਦੇ ਹਾਂ ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਆ
जो घर का प्यारा सो सबना का प्यारा जो हर का प्यारा सो सबना का प्यारा होर कहती जात जात
मेरी समाप्ति है, शब्द भी संपूर्णता है। अति अति धन्यवाद तंतम साहब श्री गुरु साहिब महाराज पातशाह जी का, क्योंकि भाई साहब भाई जसवीर सिंह जी खन्ने वाले का मुख्य विषय होंदा सी कि अमृत छको गुरु वाले बनो ते गुरु ग्रंथ साहिब नाल जुड़ो। वो अस्थान है जिथे आप नतमस्तक होने आए हो। इस इलाके का इस जगह का एक एक मिट्टी का जो किणका है वह भी नतमस्तक पूजन योग है। जो हरिदे बन जाते हैं वह सारे संसार की निगाह दिल के परम पुरख आत्मा होवे, संत स्वरूप होवे। सत्संग जी रागी होना होर गल है, कीर्तनिया होना होर गल है, दोनों चीज़ों का आपस में मेल नहीं है। भाई साहब भाई जसवीर सिंह जी सतगुरों का एक पावन पित्र शब्द है कि प्रथम है मन प्रबोध है अपना, प्रथम है मन प्रबोध है अपना, पाछा अवर रजावे, राम नाम जप हिरदे जप है मुख ते सगल सुनाव है। साढ़े वर्गी कलजुगी आत्मा दे मन ते ता असर हुंदा सी क्योंकि भाई साहब भाई जसवीर सिंह जी खन्ने वाले जीवन में पूरे सन कज के आखो सतनाम सिंह। अज उन्होंने पावन याद जुड़े बैठे हैं, बहुत बहुत धन्यवाद आप गुरु की संगतों का। और टाइम टीवी चढ़दी कला और फतेह टीवी जो कि इस समागम में दूर दूर अड्डे, क्योंकि भाई साहब भाई जसवीर सिंह जी खन्ने वाले महापुरखों का सिर्फ इतने भारत में ही नहीं सी बात, प्रदेशों में भी उन्होंने पूजा जाता है। जन नानक सतगुर पूजिया तीन हर पूज करावा। बहुत बहुत धन्यवाद मेरे अति सत्कार योग सतर साहब जिन्हों की कृपा सदका बख्शिश जो स्टेज की सेवा बड़े बखूब तरीके निभा रहे हैं। समा पांच मिनट का बाकी है पर मेरी समाप्ति है कीर्तन की। आओ बड़े प्यार खीरली पंक्ति को शुरू करके उपर समाप्ति करा जी। जो हर का प्यारा सो सपना का प्यारा चाख चाख आवे जावे। जो हर का प्यारा सो सपना का प्यारा, असीस बख्शते हुए असीस बख्शते हुए प्यार शायद फतेह की सांझ करो। वाहेगुरु जी का खालसा वाहेगुरु जी की फतेह।